ਸੁਖਬੀਰ ਬਾਦਲ ਜਿਹੜੀਆਂ ਗੱਲਾਂ ਕਰਦਾ ਨਾ ਇਹਨੂੰ ਸ਼ੋਭਾ ਨਹੀਂ ਦਿੰਦੀਆਂ। ਪਿਛਲਾ ਇਲੈਕਸ਼ਨ ਜਿਹੜਾ ਕਾਉਂਸਲਾਂ ਦਾ ਅੰਮ੍ਰਿਤਸਰ 'ਚ ਹੋਇਆ ਸੀ, ਸਾਰੇ ਪੰਜਾਬ 'ਚ ਹੋਇਆ ਸੀ, ਉਹ ਇਲੈਕਸ਼ਨ ਨਹੀਂ ਸੀ, ਪੁਲਿਸ ਐਕਸ਼ਨ ਸੀ। ਇਟ ਵਾਜ਼ ਅ ਪੁਲਿਸ ਐਕਸ਼ਨ। 18 ਕਾਉਂਸਲਰ ਇਹਨੇ ਘਰੋਂ ਚੁੱਕ ਕੇ ਹਰਾਏ, ਇਹਨਾਂ ਨੇ ਸਾਰੇ ਆਪਣੇ ਬੰਦੇ ਜਿਤਾਏ, ਡੰਡੇ ਦੇ ਜ਼ੋਰ ਦੇ ਉੱਤੇ ਜਿਤਾਏ, ਗੁੰਡਾ ਗਰਦੀ ਦੇ ਨਾਲ ਜਿਤਾਏ। ਅਤੇ ਅੱਜ ਇਹਨੂੰ ਪਤਾ, ਅੱਜ ਇਹਨੂੰ ਪਤਾ ਵੀ ਇਹ ਹਾਰਿਆ ਹੋਇਆ, ਇਹ ਚੱਲਿਆ ਹੋਇਆ ਕਾਰਤੂਸ ਹੈ, ਇਹਨੂੰ ਪਤਾ ਇਸ ਗੱਲ ਦਾ। ਇਹ 78 ਸੀਟਾਂ ਹਾਰਿਆ, ਅਕਾਲੀ ਦਲ ਓਪੋਜੀਸ਼ਨ ਦੇ ਵਿੱਚ ਨਹੀਂ ਆਇਆ, ਨੰਬਰ 2 ਦੇ ਉੱਤੇ, ਇਹ 2 ਲੱਖ ਦੇ ਉੱਤੇ ਇਹ ਲੋਕ ਸਭਾ ਦੀ ਇਲੈਕਸ਼ਨ ਹਾਰਿਆ। ਅਤੇ ਅੱਜ ਜਦੋਂ ਇਹਨੂੰ ਇਹ ਪਤਾ ਹੈ ਵੀ ਕਾਰਪੋਰੇਸ਼ਨ ਹਰਨੀ ਹੈ, ਅਤੇ ਝੂਠੇ ਬਹਾਨੇ ਬਣਾ ਰਿਹਾ ਔਰ ਡਰਾਮੇ ਕਰ ਰਿਹਾ, 5-star ਹੋਟਲਾਂ 'ਚ ਬਹਿ ਕੇ ਸੁੱਖ ਵਿਲਾਸ ਇਹਦਾ ਜਿਹੜਾ ਪੰਜਾਬ ਦੇ ਦੁੱਖਾਂ ਦੇ ਉੱਤੇ ਇਹਨੇ ਬਣਾਇਆ, 5 ਲੱਖ ਰੁਪਈਆ ਕਿਰਾਇਆ ਉਹਦੇ 'ਚ ਬਹਿ ਕੇ ਖਾਂਦਾ ਨੂਡਲ, ਅਤੇ ਲੋਕਾਂ ਨੇ ਖਵਾ ਤੀ ਨਾ ਅਚਾਰ ਨਾਲ ਪਰੌਂਠੀ, ਇਹਨੂੰ ਬੰਦੇ ਦਾ ਪੁੱਤ ਬਣਾਇਆ ਕਿ ਨਹੀਂ ਬਣਾਇਆ, ਹੁਣ ਅਚਾਰ ਨਾਲ ਪਰੌਂਠੀਆਂ ਖਾਂਦਾ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਅੱਜ ਅਗਰ ਵਿਕਾਸ ਚਾਹੁੰਦੇ ਆ ਪੰਜਾਬ ਦੇ ਲੋਕ, ਤੇ ਉਹ 78 ਸੀਟਾਂ ਪਹਿਲਾਂ ਜਿਤਾਈ ਵੀ ਉਹ ਕੌਂਸਲਰ ਕਾਂਗਰਸ ਪਾਰਟੀ ਦੇ ਨਹੀਂ ਬਣਾਉਣਗੇ। ਦੇਖੋ, ਜਦ ਤੱਕ ਜੜ ਹੈ ਤਦ ਤੱਕ ਪੇੜ ਹੈ, ਤਦ ਤੱਕ ਤਣਾ ਹੈ, ਤਦ ਤੱਕ ਫਲ ਹੈ। ਤੇ ਜੇ ਜੜ ਨੂੰ ਸਿੰਚਣਾ ਤੇ ਇਹ ਕੜੀ ਨੂੰ ਪੂਰਾ ਕਰੋ। ਗਰਾਰੀ ਤਾਂ ਹੀ ਖਿੱਚੀ ਜਾਂਦੀ ਹੈ ਜੇ ਚੇਨ ਪੂਰੀ ਹੋਵੇ, ਤੇ ਗਰਾਰੀ ਤਾਂ ਹੀ ਖਿੱਚੀ ਜਾਣੀ ਹੈ ਜੇ ਕਾਉਂਸਲਰ ਔਰ ਮੇਅਰ ਕਾਂਗਰਸ ਪਾਰਟੀ ਦੇ ਹੋਏ, ਜਿਨ੍ਹਾਂ ਨੇ 10 ਸਾਲ ਕੋਈ ਆਡਿਟ ਨਾ ਕਰਵਾਇਆ, ਜਿਨ੍ਹਾਂ ਨੇ ਡੱਟ ਕੇ ਕਰਪਸ਼ਨ ਕੀਤੀ, ਜਿਨ੍ਹਾਂ ਨੇ ਇੱਥੇ ਪੇੜ ਵੱਢੇ, ਜਿਨ੍ਹਾਂ ਨੇ ਟਾਈਲਾਂ ਲਾ ਕੇ ਸੜਕਾਂ ਇੱਕ ਸੜਕ 3-3 ਵਾਰ ਬਣਾਈ, ਅੱਜ ਉਹ ਮਿੰਨਤਾਂ ਕੱਢਦੇ ਹੈ। ਆ ਦੇਖਿਆ ਮੰਤਰੀ, ਕਹਿੰਦਾ ਪਿੱਠ ਦਿਖਾ ਕੇ ਭੱਜੇ ਜਾਂਦੇ ਹੋ, ਹਾੜੇ ਹਾੜੇ ਮੇਰੇ ਲਈ ਸੀਟ 'ਤੇ ਲੜ ਲਓ। ਲੜ ਤਾਂ ਇਹੋ ਜਿਹੇ ਨਾਇਕ ਦੇ ਉੱਤੇ, ਲੜ ਤਾਂ ਇਹੋ ਜਿਹੇ ਸੈਨਾਪਤੀ ਦੇ ਉੱਤੇ, ਨਾ ਸੈਨਾਪਤੀ ਹੈ ਨਾ ਸੈਨਾ, ਪੱਲੇ ਨਾ ਤੇਲ ਨਾ ਕੜਾਹੀ 'ਤੇ ਬਣਾਉਣ ਚੱਲਿਆ ਮਿਠਾਈ। ਅਤੇ ਹੁਣ ਇਹ ਸਾਡੀ ਵਾਰੀ ਹੈ, ਲੋਕਾਂ ਨੇ 10 ਸਾਲ ਇਹਨਾਂ ਚੋਰਾਂ ਨੂੰ ਦਿੱਤੇ ਆ, ਅਤੇ ਹੁਣ 10 ਮਹੀਨੇ, ਮੈਂ 10 ਮਹੀਨੇ ਮੰਗ ਰਿਹਾ ਇਸ ਇਲੈਕਸ਼ਨ ਤੋਂ ਬਾਅਦ, ਪੈਸੇ ਕਿਹਨੂੰ ਦਿੰਦੇ? ਇਹਨਾਂ ਚੋਰ ਕਾਉਂਸਲਰਾਂ ਨੂੰ, ਇਹਨਾਂ ਦੇ ਮੇਅਰਾਂ ਨੂੰ? ਇਹ 2 ਮਿੰਟ 'ਚ ਹਵਾ ਚੜਾ ਦਿੰਦੇ ਔਰ ਬਿਨਾਂ ਕਿਸੇ, ਥੈਂਕ ਯੂ, 2 ਮਿੰਟਾਂ ਦੇ ਵਿੱਚ ਹਵਾ ਚੜਾ ਦਿੰਦੇ। ਅੱਜ ਸਾਡਾ ਵਿਕਾਸ ਸ਼ੁਰੂ ਹੁੰਦਾ, ਅੱਜ ਸਾਡਾ ਵਿਕਾਸ ਸ਼ੁਰੂ ਹੁੰਦਾ ਜਿੱਦਣ ਸਾਡੇ ਕਾਉਂਸਲਰ ਬਣੇ, ਜਿੱਦਣ ਸਾਡੇ ਮੇਅਰ ਬਣੇ, 1-1 ਸ਼ਹਿਰ ਨੂੰ ਪੈਸੇ ਦਿੱਤੇ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਦੇਸ਼ ਵਿਦੇਸ਼ TV ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕੀਤਾ ਜਾਵੇ। ਦੀਦੀ, ਤੁਸੀਂ ਤਾਂ ਕਿਹਾ ਸੀ ਅੱਜ ਮੇਰੀ ਕੋਈ ਸ਼ੂਟਿੰਗ ਨਹੀਂ, ਪਰ ਸਵੇਰੇ ਸਵੇਰੇ ਫੇਰ ਤਿਆਰੀ ਕਸੀ ਬੈਠੇ ਹੋ। ਮੈਂ ਤਾਂ ਤੈਨੂੰ ਦੱਸਣਾ ਹੀ ਭੁੱਲ ਗਈ, ਅੱਜ ਤਾਂ ਪੰਜਾਬੀ ਸਕਰੀਨ ਵਾਲਿਆਂ ਨੇ ਘਰੇ ਆਉਣਾ ਹੈ ਮੇਰੀ ਇੰਟਰਵਿਊ ਲਈ। ਵਾਹ, ਕੀ ਬਾਤ ਹੈ, ਤੇ ਉਹ ਟਾਈਟਲ ਪੇਜ ਤੇ ਮੇਰੀ ਫੋਟੋ ਵੀ ਲਾ ਰਿਹਾ ਹੈ। ਬਾਲੀਵੁੱਡ ਦਾ ਨੰਬਰ 1 ਫਿਲਮੀ ਰਸਾਲਾ ਪੰਜਾਬੀ ਸਕਰੀਨ।